ਪੰਜਾਬ ਪੁਲਿਸ ਦੇ ਮਸ਼ਹੂਰ ਕੈਟ ਗੁਰਮੀਤ ਸਿੰਘ ਪਿੰਕੀ ਜਿਸ ਦਾ ਕਈ ਚਰਚਾ ਕਰਕੇ ਕਈ ਕਾਂਡਾ ਕਰਕੇ ਨਾਮ ਚਰਚਾ ਦੇ ਵਿੱਚ ਰਹਿੰਦਾ ਸੀ ਉਸ ਦੀ ਡੇਂਗੂ ਦੇ ਨਾਲ ਮੌਤ ਹੋ ਗਈ ਹੈ ਪਿੰਕੀ ਦੀ ਡੇਂਗੂ ਦੇ ਨਾਲ ਮੌਤ ਹੋਈ ਹੈ ਆਰ ਪਲੇਟਲਟਸ ਘਟਣ ਦੇ ਕਰਕੇ ਇਹ ਵਜ੍ਹਾ ਦੱਸੀ ਗਈ ਹੈ ਔਰ ਉਸ ਦਾ ਹੁਣ ਅੰਤਿਮ ਸੰਸਕਾਰ ਉਸ ਦੀ ਵਿਦੇਸ਼ ਰਹਿੰਦੀ ਬੇਟੀ ਦੇ ਵਾਪਸ ਪਰਤਣ ਤੋਂ ਬਾਅਦ ਹੋਵੇਗਾ ਔਰ ਗੁਰਮੀਤ ਸਿੰਘ ਪਿੰਕੀ ਜਿਹੜਾ ਕਿ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ ਜਦੋਂ ਵੀ ਪੁਲਿਸ ਦੇ ਕਈ ਮਸਲਿਆਂ ਦੇ ਉੱਤੇ ਗੱਲਬਾਤ ਹੁੰਦੀ ਸੀ ਖਾਸ ਕਰਕੇ ਉਸ ਦੌਰ ਦੀ ਜਿਸ ਵਕਤ ਪੰਜਾਬ ਦੇ ਬੇਕਸੂਰ ਨੌਜਵਾਨਾਂ ਨੂੰ ਵੀ ਪੁਲਿਸ ਦੇ ਵੱਲੋਂ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਵਕਤ ਪਿੰਕੀ ਦਾ ਰੋਲ ਕੀ ਰਿਹਾ ਭੂਮਿਕਾ ਕੀ ਰਹੀ ਔਰ ਹੋਰ ਕਈ ਜਦੋਂ ਕੇਸਾਂ ਦੇ ਵਿੱਚ ਨਾਮ ਸਾਹਮਣੇ ਆਉਂਦੇ ਸੀ ਕੋਈ ਚਰਚਾਵਾਂ ਹੁੰਦੀਆਂ ਸੀ ਮੀਡੀਆ ਦੇ ਵਿੱਚ ਤਾਂ ਕੈਟ ਪਿੰਕੀ ਦਾ ਨਾਮ ਵੀ ਮੂਹਰਲੀ ਅਕਤਾਰਾਂ 'ਚ ਬੋਲਦਾ ਸੀ ਤਾਂ ਪੰਜਾਬ ਦੇ ਚਰਚਿਤ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦੀ ਜਿਹੜੀ ਮੌਤ ਡੇਂਗੂ ਦੀ ਵਜ੍ਹਾ ਕਰਕੇ ਹੋਈ ਹੈ ਔਰ ਇੱਕ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਜਿਹੜਾ ਉਹ ਵੱਖ-ਵੱਖ ਮਸਲੇ ਕਰਕੇ ਤਾਂ ਰਹਿ ਹੈ ਹੀ ਮੁੱਦਿਆਂ ਦੇ ਵਿੱਚ ਪਰ ਪੰਜਾਬ ਦੇ ਜਦੋਂ ਅੱਤਵਾਦ ਦੇ ਦੌਰ ਦੇ ਵੇਲੇ ਗਰਮੀਤ ਸਿੰਘ ਪਿੰਕੀ ਨੂੰ ਇੱਕ ਕਾਂਡ ਮੰਨਿਆ ਜਾਂਦਾ ਹੈ ਕਿ ਪੁਲਿਸ ਮੁਖਬਰੀਆਂ ਦੇ ਲਈ ਉਹ ਮੰਨਿਆ ਜਾਂਦਾ ਸੀ ਪੁਲਿਸ ਨੂੰ ਮੁਖਬਰੀਆਂ ਦਿੰਦਾ ਸੀ ਔਰ ਕਈ ਨੌਜਵਾਨਾਂ ਦੇ ਅਤੇ ਪਤੇ ਵੀ ਉਹ ਦੱਸਦਾ ਸੀ ਹੋਰ ਇਸ ਤਰ੍ਹਾਂ ਦੀਆਂ ਕਈ ਗੱਲਾਂ ਦੇ ਕਰਕੇ ਉਹ ਜਾਣਿਆ ਜਾਂਦਾ ਸੀ ਜੇ ਔਰ ਇਸ ਵਕਤ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਮੁਹਾਲੀ ਦੇ ਵਿੱਚ ਹੀ ਅਖਰੜ ਦੇ ਨੇੜੇ ਬਣੇ ਇੱਕ ਫਾਰਮ ਹਾਊਸ ਦੇ ਵਿੱਚ ਰਹਿ ਰਿਹਾ ਸੀ ਔਰ ਪੁਲਿਸ ਇਨਸਪੈਕਟਰ ਬਣਾ ਦਿੱਤਾ ਗਿਆ ਸੀ ਉਸ ਨੂੰ ਕਿਉਂਕਿ ਪੁਲਿਸ ਨੂੰ ਕਾਫੀ ਤਰ੍ਹਾਂ ਦੀਆਂ ਮੁਖਬਰੀਆਂ ਕਰਦਾ ਸੀ ਪੁਲਿਸ ਕੈਡ ਦੇ ਤੌਰ ਤੇ ਜਾਣਿਆ ਜਾਂਦਾ ਸੀ ਜਿਸ ਕਰਕੇ ਉਸ ਨੂੰ ਫਿਰ ਪੁਲਿਸ ਦਾ ਇਨਸਪੈਕਟਰ ਵੀ ਬਣਾ ਦਿੱਤਾ ਗਿਆ ਬਾਅਦ ਵਿੱਚ ਉਹ ਸੇਵਾਮੁਕਤ ਹੁੰਦਾ ਹੈ ਔਰ 2001 ਦਾ ਇੱਕ ਕਾਂਡ ਹੈ ਜਦੋਂ ਲੁਧਿਆਣਾ ਦੇ ਇੱਕ ਨੌਜਵਾਨ ਅਵਤਾਰ ਸਿੰਘ ਉਰਫ ਗੋਲਾ ਨੇ ਸਿਰਫ ਰਸਤਾ ਹੀ ਪੁੱਛਿਆ ਸੀ ਤੇ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ ਇਸ ਦੋਸ਼ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਹੋਈ ਸੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਉਸ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਰਹਿੰਦਾ ਸੀ ਪਿੰਕੀ ਇਸ ਤੋਂ ਪਹਿਲਾਂ ਪਿੰਕੀ ਕੈਟ ਨੇ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਕਤਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਫਤਾਰ ਕਰਵਾਉਣ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਹੋਰ ਵੀ ਕਿਸੇ ਨਾ ਕਿਸੇ ਕਿਤਾਬ ਦੇ ਜ਼ਰੀਏ ਕਿਸੇ ਨਾ ਕਿਸੇ ਇੰਟਰਵਿਊ ਦੇ ਜ਼ਰੀਏ ਅਫਸਰਾਂ ਦੇ ਜ਼ਰੀਏ ਪਬਲਿਕ ਡੋਮੇਨ ਚ ਗੱਲਾਂ ਆਉਂਦੀਆਂ ਰਹਿੰਦੀਆਂ ਨੇ ਤਾਂ ਉਸ ਦੀ ਉਮਰ ਕੈਦ ਦੀ سزا ਉਸ ਨੂੰ ਹੋਣੀ ਉਹ ਭੁਗਤਣੀ ਔਰ ਤਤਕਾਲੀ ਮੁੱਖ ਮੰਤਰੀ 1995 ਦੇ ਵਿੱਚ ਜਦੋਂ ਕਤਲ ਕਾਂਡ ਹੋਇਆ ਬੀਅੰਤ ਸਿੰਘ ਦਾ ਤਾਂ ਉਸ ਦੇ ਵਿੱਚ ਜਿਹੜੇ ਉਸ ਕੇਸ ਦੇ ਵਿੱਚ ਦੋਸ਼ੀ ਸਨ ਉਹਨਾਂ ਨੂੰ ਫੜਾਉਣ ਦੇ ਵਿੱਚ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦੇ ਲਈ ਵੀ ਪੁਲਿਸ ਦੀ ਅਹਿਮ ਭੂਮਿਕਾ ਨਿਭਾਈ ਸੀ ਗੁਰਮੀਤ ਸਿੰਘ ਪਿੰਕੀ ਨੇ ਤਾਂ ਪੰਜਾਬ ਪੁਲਿਸ ਦਾ ਜਿਹੜਾ ਇਹ ਮਸ਼ਹੂਰ ਕੈਟ ਕਈ ਕਾਰਨਾਮਿਆਂ ਕਰਕੇ ਕਈ ਕਾਂਡਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਸੀ ਤੇ ਆਖਰਕਾਰ ਉਸ ਦੀ ਜਿਹੜੀ ਮੌਤ ਹੋਈ ਹੈ ਉਹ ਵੀ ਡੇਂਗੂ ਦੇ ਨਾਲ ਹੋਈ ਹੈ ਇਹ ਦੱਸਿਆ ਗਿਆ ਹੈ ਉਸੇ ਦੇ ਕਰਕੇ ਉਸਨੇ ਆਪਣਾ ਦਮ ਤੋੜਿਆ ਪਲੇਸ ਲੈਟਸ ਘਟ ਗਏ ਸਾਨੂੰ ਦੇ ਤੇ ਹੁਣ ਅੰਤਿਮ ਸੰਸਕਾਰ ਉਸ ਦਾ ਫਾਰਮ ਹਾਊਸ ਜਿੱਥੇ ਰਹਿੰਦਾ ਸੀ ਉੱਥੇ ਕੀਤਾ ਜਾਣਾ ਪਰ ਉਸ ਦੀ ਇੱਕ ਬੇਟੀ ਜਿਹੜੀ ਵਿਦੇਸ਼ ਵਿੱਚ ਰਹਿੰਦੀ ਹੈ ਜਦੋਂ ਵਾਪਸ ਪਰਤੇਗੀ ਉਸ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਫਿਲਹਾਲ ਇਹ ਜਾਣਕਾਰੀ ਪੁੱਜੀ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ